ਮੈਂ ਤੁਹਾਨੂੰ ਇਹ ਕਹਿੰਦੀ ਵੀ ਤੁਹਾਨੂੰ ਤੁਸੀਂ ਐਂਟਰੀ ਕਰਨ ਨਾ ਆਈਓ ਪਿੰਡ ਦੇ ਸੈਂਪਰ ਚ। ਜ਼ਰੂਰ ਦੱਸੋ ਮੇਰਾ। ਹਾਂ ਜੇ ਸੈਂਪਰ ਚ ਆ ਕੇ ਤੂੰ ਸੁੱਕਾ ਨੀ ਜਾਣਾ ਉਹਦੇ ਤੋਂ। ਸੱਤਾ ਦੇ ਨਸ਼ੇ ਚ ਚੂਰ ਕਈ ਮੰਤਰੀ ਅਤੇ ਵਿਧਾਇਕਾਂ ਦੀਆਂ ਧਮਕੀ ਭਰੀਆਂ ਕਾਲ ਰਿਕਾਰਡਿੰਗ ਜਾਂ ਵੀਡੀਓ ਤੁਸੀਂ ਅਕਸਰ ਹੀ ਸੁਣੀਆਂ ਅਤੇ ਦੇਖੀਆਂ ਹੋਣਗੀਆਂ। ਪਰ ਹੁਣ ਇਹ ਸਿਲਸਿਲਾ ਮੰਤਰੀਆਂ ਜਾਂ ਵਿਧਾਇਕਾਂ ਤੱਕ ਹੀ ਨਹੀਂ ਰੁਕਿਆ, ਸਗੋਂ ਪੰਜਾਬ ਚ ਸੱਤਾਧਾਰੀ ਧਿਰ ਕਾਂਗਰਸ ਦੀ ਇੱਕ ਮਹਿਲਾ ਸਰਪੰਚ ਵੀ ਪਿੱਛੇ ਨਹੀਂ ਹੈ। ਜੀ ਹਾਂ, ਦਰਅਸਲ ਮੋਹਾਲੀ ਦੇ ਪਿੰਡ ਸ਼ਾਮਪੁਰ ਦੀ ਮਹਿਲਾ ਸਰਪੰਚ ਚਰਨਜੀਤ ਕੌਰ ਦੀ ਇੱਕ ਧਮਕੀ ਭਰੀ ਆਡੀਓ ਵਾਇਰਲ ਹੋਈ ਸੀ, ਜਿਸ 'ਚ ਉਹ ਸ਼ਰੇਆਮ ਇੱਕ ਆਦਮੀ ਉੱਪਰ ਆਪਣੇ ਸਰਪੰਚੀ ਦਾ ਰੋਪ ਝਾੜ ਰਹੀ ਹੈ। ਇੰਨੇ ਨਹੀਂ, ਸਗੋਂ ਸਰਪੰਚਣੀ ਸਾਹਿਬਾ ਉਸ ਆਦਮੀ ਨੂੰ ਵੱਢਣ ਤੱਕ ਦੀ ਗੱਲ ਆਖ ਦਿੰਦੀ ਹੈ। ਇੱਕ ਵਾਰ ਪਹਿਲਾਂ ਤੁਸੀਂ ਵੀ ਸੁਣੋ ਕਾਂਗਰਸੀ ਮਹਿਲਾ ਸਰਪੰਚ ਦੀ ਇਹ ਧਮਕੀ ਭਰੀ ਕਲਿੱਪ। ਮੈਂ ਤੁਹਾਨੂੰ ਇਹ ਕਹਿੰਦੀ ਵੀ ਤੁਹਾਨੂੰ ਤੁਸੀਂ ਐਂਟਰੀ ਕਰਨ ਨਾ ਆਈਓ ਪਿੰਡ ਚ ਸੈਂਪਰ ਚ। ਕਿਉਂ? ਹਾਂ ਜੇ ਸੈਂਪਰ ਚ ਆ ਕੇ ਤੂੰ ਸੁੱਕਾ ਨੀ ਜਾਣਾ ਉਹਦੇ ਤੋਂ। ਬਸ ਇੰਨਾ ਦੇਖ ਲਈ ਤੂੰ ਭੁੱਲ ਕੇ ਵੀ ਸੈਂਪਰ ਚ ਪੈਰ ਧਰਦੀ। ਨਹੀਂ, ਮੇਰੀ ਗੱਲ ਸੁਣੋ ਪਹਿਲਾਂ, ਕਸੂਰ ਦੱਸੋ ਮੇਰਾ। ਹਾਂਜੀ, ਕਸੂਰ ਤਾਂ ਤੁਹਾਡਾ ਮੈਂ ਦੱਸ ਦਿਆ, ਬਸ ਕਸੂਰ ਤਾਂ ਤੁਹਾਡਾ ਹੈਗਾ ਜੀ। ਇਹ ਤਾਂ ਮੈਂ ਤੁਹਾਨੂੰ ਪਤਾ ਵੀ ਕਸੂਰ ਹੈਗਾ ਕਿ ਨਾ ਹੈਗਾ, ਤੈਨੂੰ ਪਤਾ। ਦੱਸ ਦੋ ਬਸ, ਕਲੀਅਰ ਤਾਂ ਕਰੋ ਮੈਨੂੰ। ਕਲੀਅਰ ਕਰੋ ਮੈਨੂੰ ਕੀ ਕਸੂਰ ਹੈਗਾ ਮੇਰਾ। ਨਹੀਂ, ਸਰਪੰਚ ਇਹ ਕੰਮਾਂ ਨੂੰ ਬਣਿਆ ਹੋਇਆ। ਮੂਰਖ ਜੇ ਪਹਿਲਾਂ ਮੇਰੀ ਗੱਲ ਸੁਣ ਲੈ। ਸਰਪੰਚ ਇਹ ਕੰਮਾਂ ਨੂੰ ਬਣਿਆ ਹੋਇਆ? ਤਾਂ ਦੇਖਿਆ ਤੁਸੀਂ ਇੱਕ ਕਾਂਗਰਸੀ ਮਹਿਲਾ ਸਰਪੰਚਣੀ ਦੀ ਦਬੰਗਈ। ਆਡੀਓ ਕਲਿੱਪ ਸੁਣ ਕੇ ਪਤਾ ਲੱਗਦਾ ਕਿ ਮਾਮਲਾ ਲੋਨ ਦਾ ਲੱਗਦਾ। ਜਦ ਸਰਪੰਚਣੀ ਸਾਹਿਬਾ ਦਾ ਲੋਨ ਪਾਸ ਨਾ ਹੋਇਆ ਤਾਂ ਉਹਨਾਂ ਗੁੱਸੇ 'ਚ ਮਥੂਟ ਕੰਪਨੀ ਦੇ ਮੁਲਾਜ਼ਮ ਨੂੰ ਸਿੱਧੀਆਂ ਧਮਕੀਆਂ ਦੇ ਦਿੱਤੀਆਂ, ਜਿਸ ਨੇ ਲੋਨ ਪਾਸ ਕਰਵਾ ਕੇ ਦੇਣਾ ਸੀ। ਜਦੋਂ ਇਸ ਸੰਬੰਧੀ ਸਾਡੇ ਪੱਤਰਕਾਰ ਸੁਖਵਿੰਦਰ ਸਿੱਧੂ ਵੱਲੋਂ ਉਕਤ ਮਹਿਲਾ ਸਰਪੰਚ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਦੇ ਪਤੀ ਨੇ ਹੀ ਇਸ ਮੁੱਦੇ 'ਤੇ ਸਫਾਈ ਦੇਣਾ ਸਹੀ ਸਮਝਿਆ। ਦੇਖੋ ਕੀ ਕਿਹਾ ਸਰਪੰਚਣੀ ਸਾਹਿਬਾ ਦੇ ਪਤੀ ਨੇ। ਹਾਂਜੀ ਸਰਦਾਰ ਇੰਦਰਜੀਤ ਸਿੰਘ ਜੀ, ਤੁਸੀਂ ਮੈਡਮ ਜਿਹੜੇ ਸਰਪੰਚ ਚਰਨਜੀਤ ਕੌਰ ਨੇ ਉਹਨਾਂ ਦੇ ਹਸਬੈਂਡ ਗੱਲ ਕਰ ਰਹੇ ਹੋ? ਤੈਨੂੰ ਪਾਵਰ ਦਾ ਨੀ ਪਤਾ। ਅਸਲ ਦੇ ਵਿੱਚ ਮਾਮਲਾ ਕੀ ਸੀ ਜੀ? ਮਾਮਲਾ ਸਰ ਜੀ ਇੱਦਾਂ ਦਾ ਵੀ ਸਾਡੇ ਪਿੰਡ ਚ ਨਾ ਗਰੁੱਪ ਬਣਾਏ ਪਿਆ ਜੀ ਬੈਂਕਾਂ ਨੇ, ਪ੍ਰਾਈਵੇਟ ਬੈਂਕ ਆ ਜੀ, ਮਥੂਰ ਬੈਂਕ ਤੋਂ। ਹਾਂਜੀ, ਇਹਨਾਂ ਗਰੁੱਪ ਆ ਜੀ, ਦਸ ਦਸ ਲੇਡੀਜ਼ ਦਾ ਗਰੁੱਪ ਹੁੰਦਾ ਇਹਨਾਂ ਦਾ। ਹਾਂਜੀ, ਇਹ ਮੁੰਡਾ 2 ਮਹੀਨੇ ਕੁ ਹੋ ਗਏ ਜੀ ਇਹਨਾਂ ਤੋਂ, 10 ਲੇਡੀਜ਼ ਤੋਂ ਗਰੁੱਪ ਤੋਂ ਗਰੁੱਪ ਬਣਾ ਕੇ ਕਾਫੀ ਪਹਿਲਾਂ ਜੀ, ਤੇ ਗਰੁੱਪ ਤੋਂ ਆਈਡੀ ਪਰੂਫ ਲੈ ਗਿਆ ਜੀ। ਕਹਿੰਦਾ ਆਈਡੀ ਪਰੂਫ ਲੈਣ ਤੋਂ ਬਾਅਦ ਕਹਿੰਦਾ ਜੀ ਇਹਨਾਂ ਨੇ ਕੋਈ ਫੋਨ ਤੇ ਮੈਸੇਜ ਵਗੈਰਾ ਕਹਿੰਦਾ ਵੀ ਤੁਹਾਡੇ ਲੋਨ ਪਾਸ ਹੋ ਗਏ ਗਰੁੱਪ ਨੂੰ ਕਿਹਾ, ਤੇ ਕੋਈ ਲੇਡੀਜ਼ ਨੇ ਕਹਿ ਦਿਆ ਹੋਣਾ ਪਿੰਡ ਤੋਂ ਵੀ ਉਹਦੇ ਨਾਲ ਕੋਈ ਜਾਣਕਾਰੀ ਹੋਣੀ ਉਹਨਾਂ ਦੀ, ਕਹਿੰਦਾ ਵੀ ਇਹਨਾਂ ਦੇ ਪਰਿਵਾਰਾਂ ਦੇ ਤੁਸੀਂ ਲੋਨ ਨੀ ਪਾਸ ਕਰਨੇ। ਚਲੋ ਮੁੰਡਾ ਆਇਆ ਹੋਣਾ, ਮੁੰਡੇ ਨੇ ਕਿਹਾ ਹੋਣਾ ਵੀ ਬੜੇ ਸਰ ਆਣਗੇ, ਕੋਈ ਗੱਲ ਨੀ ਮੈਡਮ ਜੀ, ਵੀ ਗਰੁੱਪ ਵਾਲਿਆਂ ਨੂੰ ਸਾਰਿਆਂ ਨੂੰ ਦੱਸ ਦੀ ਦੱਸ ਨੂੰ ਠੀਕ ਆ, ਬੜੇ ਸਰ ਆਣਗੇ, ਤੁਹਾਡੀ ਮੀਟਿੰਗ ਲੈਣਗੇ, ਮੀਟਿੰਗ ਤੋਂ ਬਾਅਦ ਉਹ ਤੁਹਾਡੀ ਪੇਮੈਂਟ ਪਾ ਦੇਣਗੇ ਅਸੀਂ ਅਕਾਊਂਟਾਂ ਚ। ਚਲੋ 10 ਕੁ ਦਿਨ ਨਿਕਲੇ, ਫੇਰ ਦੁਬਾਰਾ ਗੱਲ ਹੋਈ, ਫੇਰ ਮੁੰਡਾ ਕਹਿੰਦਾ ਵੀ ਸਰ ਆਣਗੇ, ਫਿਰ ਇਹਨਾਂ ਨੇ ਕਿਹਾ ਵੀ ਕਿਸੇ ਲੇਡੀਜ਼ ਦਾ ਨਾਂ ਲਿਆ ਵੀ ਤੁਸੀਂ ਉਹਨਾਂ ਦੇ ਘਰ ਇਕੱਠੇ ਹੋ ਜਾਓ ਵੀ ਤਾਂ ਤੁਹਾਡਾ ਲੋਨ ਪਾਸ ਕਰਨਗੇ। ਇਹਨਾਂ ਨੇ ਕਿਹਾ ਵੀ ਕੋਈ ਗੱਲ ਨੀ,
ਚਲੋ ਕੋਈ ਗੱਲ ਹੋਈ ਗਏ, ਉਸ ਤੋਂ ਬਾਅਦ ਇਹਨਾਂ ਨੇ ਕਹਿ ਦਿਆ ਪਤਾ ਨੀ ਕੋਈ ਗੱਲ ਹੋਈ, ਕਹਿੰਦੇ ਵੀ ਤੁਹਾਡੇ ਲੋਨ ਸਾਰਿਆਂ ਦੇ ਕੈਂਸਲ ਹੋ ਗਏ। ਕੈਂਸਲ ਹੋਣ ਤੋਂ ਬਾਅਦ ਮੈਂ ਉਹਨਾਂ ਨੂੰ ਦੋ ਵਾਰੀ ਫੋਨ ਕਰਿਆ, ਮੇਰੇ ਕੋਲ ਵੀ ਰਿਕਾਰਡਿੰਗ ਹੈਗੀ ਹੈ ਜੀ, ਮੈਂ ਤੁਹਾਨੂੰ ਦੇ ਦੂੰਗਾ। ਠੀਕ ਹੈ ਨਾ ਜੀ, ਮੈਂ ਮੁੰਡੇ ਨੂੰ ਕਿਹਾ ਵੀ ਜੇ ਛੋਟੇ ਵੀਰ ਵੀ ਜੇ ਨਹੀਂ ਪਾਸ ਹੋਏ ਤਾਂ ਇਹਨਾਂ ਦੇ ਆਈ ਡੀ ਪਰੂਫ ਮੋੜ ਦੋ। ਠੀਕ ਹੈ ਨਾ, ਉਹ ਕਹਿੰਦਾ ਵੀ ਮੈਂ ਕਲੈਕਸ਼ਨ ਇਕੱਠੀ ਕਰਨ ਆਉਣਾ ਜੀ, ਮੈਂ ਦੇ ਦੂੰਗਾ। ਫਿਰ ਮੈਂ ਦੁਬਾਰਾ ਫਿਰ ਉਹਨਾਂ ਨੂੰ ਹਫ਼ਤੇ ਬਾਅਦ ਫੋਨ ਕਰਿਆ ਵੀ ਛੋਟੇ ਵੀਰ ਵੀ ਜੇ ਨਹੀਂ ਤੇਰੇ ਤੋਂ ਪਾਸ ਹੋਏ ਇਹਦੇ ਆਈ ਡੀ ਪਰੂਫ ਮੋੜ ਦੇ। ਕਹਿੰਦਾ ਵੀ ਕੋਈ ਗੱਲ ਨੀ, ਮੈਂ ਵੀ ਮੋੜ ਦੂੰਗਾ ਦੋ ਚਾਰ ਦਿਨਾਂ ਚ। ਚਲੋ ਸਰਪੰਚ ਸਾਹਿਬ ਨੇ ਕਰਿਆ ਹੋਣਾ, ਕੋਈ ਇਹਨਾਂ ਨੇ ਕੋਈ ਇਹਨਾਂ ਨੂੰ ਗਲਤ ਲੱਗਿਆ ਹੋਣਾ ਬੰਦਾ ਵੀ ਪਿੰਡ ਚ। ਠੀਕ ਹੈ ਨਾ, ਸਰਪੰਚ ਸਾਹਿਬ ਨੇ ਇਹ ਕਿਹਾ ਮਿਸ ਚਰਨਜੀਤ ਕੌਰ ਨੇ ਵੀ ਤੂੰ ਜੇ ਪਿੰਡ ਚ ਏਦਾਂ ਜੀ ਕੋਈ ਗਲਤ ਹਰਕਤ ਕਰੂਗਾ ਅਸੀਂ ਪਿੰਡ ਚ ਨੀ ਵੜਨ ਦੇਣਾ ਤੈਨੂੰ, ਵੀ ਸਾਡੇ ਪਿੰਡ ਚ ਜੇ ਏਦਾਂ ਆ ਗਏ ਤੂੰ ਗਲਤ ਹਰਕਤ ਕਰੂਗਾ ਨਾ, ਵੀ ਇਹ ਤਾਂ ਲੇਡੀਜ਼ ਦਾ ਗਰੁੱਪ ਆਉਂਦਾ ਜੀ। ਠੀਕ ਹੈ ਨਾ, ਵੀ ਜੇ ਸਾਨੂੰ ਕੋਈ ਗਲਤ ਲੱਗਿਆ ਨਾ ਅਸੀਂ ਤੈਨੂੰ ਪਿੰਡ ਚ ਨੀ ਵੜਨ ਦੇਣਾ। ਨੀ ਪਰ ਉਹਦੇ ਵਿੱਚ ਸਾਫ਼ ਕਿਹਾ ਗਿਆ ਕਿ ਅਸੀਂ ਤੇਰੀ ਲੱਤਾਂ ਵੱਢ ਦਿਆਂਗੇ, ਤੈਨੂੰ ਸਰਪੰਚ ਦੀ ਪਾਵਰ ਦਾ ਨੀ ਪਤਾ। ਨਹੀਂ ਨਹੀਂ, ਮੈਂ ਉਹ ਗੱਲ ਕਹੀ ਆ ਉਹਨਾਂ ਨੂੰ, ਮੈਂ ਤੁਹਾਡੀ ਗੱਲ ਮੰਨਦਾ ਵੀ ਜੇ ਤੂੰ ਗਲਤ ਆ ਗਿਆ ਪਿੰਡ ਚ ਚੱਲੂਗਾ ਸਾਡੇ ਕਹਿਣੇ ਤੇ ਨਹੀਂ ਰੁਕੂਗਾ। ਹਾਂ ਹਾਂ, ਇਸ ਕਰਕੇ ਉਹਨਾਂ ਨੇ ਕਿਹਾ ਵੀ ਤੁਸੀਂ ਤੂੰ ਪਿੰਡ ਚ ਨੀ ਵੜਨਾ ਸਾਡੇ ਚ ਆ ਕੇ। ਉਹ ਕਹਿੰਦਾ ਮੈਂ ਵੜੂਗਾ, ਮੈਂ ਦੇਖ ਲੈਂਦਾ ਕਿੰਨੀ ਕੁ ਪਾਵਰ ਹੁੰਦੀ ਸਰਪੰਚ ਦੀ। ਉਹ ਅੱਗੇ ਤੋਂ ਇਹ ਬੋਲਿਆ ਮੈਂ ਦੇਖ ਲੂੰਗਾ ਕਿੱਡੀ ਸਰਪੰਚ ਦੀ ਪਾਵਰ ਹੁੰਦੀ। ਇਹ ਸਰਪੰਚੀ ਤੌਰ ਤੇ ਬੋਲਿਆ ਉਹਨਾਂ ਨੇ ਵੀ ਜੇ ਸਾਡੇ ਪਿੰਡ ਚ ਆ ਗਏ ਤੂੰ ਕੋਈ ਗਲਤ ਗਲਤ ਗੱਲ ਕਰੂਗਾ ਕੰਪਲੇਂਟ ਦੇ ਸਕਦੇ ਹੋ ਥਾਣੇ ਕਚਹਿਰੀ ਦੇ ਵਿੱਚ, ਕਿਤੇ ਵੀ ਜਾ ਕੇ ਕੰਪਲੇਂਟ ਦੇ ਸਕਦੇ ਹੋ। ਮੇਰੀ ਮਿਸੀ ਜੀ ਨੇ ਉਹਨਾਂ ਦੇ ਸੀਨੀਅਰ ਨਾਲ ਗੱਲ ਕੀਤੀ ਫਿਰ ਸਰਪੰਚ ਸਾਹਿਬ ਨੇ ਵੀ ਇਹ ਬੰਦਾ ਸਾਡੇ ਪਿੰਡ ਚ ਨੀ ਆਉਣਾ ਚਾਹੀਦਾ, ਕੋਈ ਵੀ ਹੋਰ ਤੁਸੀਂ ਆਪਣਾ ਬੰਦਾ ਲਾ ਦੋ ਪਿੰਡ ਚ ਬੈਂਕ ਚ, ਕੋਈ ਵੀ ਆ ਕੇ ਗੱਲਬਾਤ ਕਰ ਲੈ, ਸਾਨੂੰ ਕੋਈ ਇਤਰਾਜ ਨੀ, ਲੇਕਿਨ ਇਹ ਬੰਦਾ ਸਹੀ ਨੀ ਹੈਗਾ, ਅਸੀਂ ਸਾਡੇ ਪਿੰਡ ਚ ਨੀ ਵੜਨਾ ਚਾਹੀਦਾ। ਤਾਂ ਉਹਨਾਂ ਨੇ ਵੀ ਬੈਂਕ ਵਾਲੇ ਨੇ ਵੀ ਇਹ ਕਿਹਾ, ਮੈਂ ਵੀ ਗੱਲ ਕੀਤੀ ਵੀ ਸਰਪੰਚ ਸਾਹਿਬ ਵੀ ਇਹ ਬੰਦਾ ਨੀ ਆਣੇਗਾ ਅੱਗੇ ਤੋਂ ਪਿੰਡ ਤੋਂ, ਵੀ ਤੁਸੀਂ ਠੀਕ ਆ ਵੀ ਕੋਈ ਗੱਲ ਨੀ ਜੇ ਗਲਤੀ ਕਰਦਾ ਅਸੀਂ ਅੱਗੇ ਤੋਂ ਨੀ ਪਿੰਡ ਚ ਆਣ ਦੇਣੇ ਕਿਸ ਬੰਦੇ। ਪਰ ਜਿਹੜੇ ਤੁਹਾਡੇ ਮਿਸਿਜ ਨੇ ਇਹ ਗੱਲ ਕਹੀ ਆ, ਬਿਲਕੁਲ ਅਸੀਂ ਮੰਨਦੇ ਆ ਜੇਕਰ ਉਹਨੇ ਕੁਛ ਗਲਤ ਕੀਤਾ ਤਾਂ ਉਹ ਵੀ ਹਨਾ ਗਲਤ ਹੈ, ਪਰ ਜਿਸ ਤਰੀਕੇ ਦੇ ਨਾਲ ਤੁਹਾਡੀ ਵਾਈਫ ਨੇ ਉਹਨਾਂ ਨੂੰ ਕਿਹਾ ਕਿ ਲੱਤਾਂ ਵੱਢ ਦੇਣਗੇ, ਤੁਹਾਨੂੰ ਕੀ ਲੱਗਦਾ ਇਹ ਕਹਿਣਾ ਸਹੀ ਕਿੰਨਾ ਕੁ ਸਹੀ ਹੈ? ਨਹੀਂ ਨਹੀਂ, ਉਹ ਥੋੜੀ ਲੇਡੀਜ਼ ਕਰਕੇ ਥੋੜੀ ਭਾਵੁਕ ਹੋ ਗਏ, ਏਦਾਂ ਦੀ ਕੋਈ ਗੱਲ ਨੀ ਹੈਗੀ। ਲੇਡੀਜ਼ ਇਕੱਠੀ ਹੋਈ ਵੀ ਅੱਠ ਨੌ, ਉਹਨਾਂ ਨੇ ਸਾਰੇ ਇਕੱਠੇ ਤੇ ਗਰੁੱਪ ਤੇ, ਤਾਂ ਉਹਨਾਂ ਨੇ ਕਿਹਾ ਸਰਪੰਚ ਸਾਹਿਬ ਇਸ ਬੰਦੇ ਨੂੰ ਪਿੰਡ ਚੋਂ ਰੋਕੋ ਜਿੱਦਾਂ ਮਰਜ਼ੀ ਫੋਨ ਕਰਕੇ। ਉਹਨਾਂ ਨੇ ਆਪਣੇ ਤੌਰ ਤੇ ਕਹਿੰਦੇ ਵੀ ਤੂੰ ਪਿੰਡ ਚ ਨਹੀਂ ਐਂਟਰ ਕਰਨਾ ਹੈਗਾ। ਉਹਨੇ ਅੱਗੇ ਤੋਂ ਇਹ ਕਿਹਾ ਵੀ ਤੂੰ ਤੂੰ ਕਈ ਮੇਰੇ ਮੈਨੂੰ ਰੋਕ ਕੇ ਦਿਖਾਓ, ਮੈਂ ਹੁਣੀ ਵੜ ਜਾ ਦੋ ਮਿੰਟ ਚ ਪਿੰਡ ਚ, ਤੁਸੀਂ ਮੈਨੂੰ ਰੋਕ ਕੇ ਦਿਖਾਓ। ਇਹ ਸਰ ਜੀ ਤੁਸੀਂ ਵੀ ਤਾਂ ਦੇਖੋ ਨਾ, ਇੱਕ ਪਿੰਡ ਦਾ ਸਰਪੰਚ ਕਹਿ ਰਿਹਾ ਕਿਸੇ ਬੰਦੇ ਨੂੰ, ਗੈਰ ਬੰਦੇ ਨੂੰ ਵੀ ਤੂੰ ਮੇਰੇ ਪਿੰਡ ਚ ਨਹੀਂ ਵੜਨਾ ਆ ਕੇ। ਠੀਕ ਹੈ ਨਾ, ਉਹ ਬੰਦਾ ਅੱਗੇ ਤੋਂ ਕਹਿੰਦਾ ਵੀ ਤੂੰ ਜੇ ਤਾਂ ਹਿੰਮਤ ਆ ਤਾਂ ਮੈਨੂੰ ਰੋਕ ਕੇ ਦਿਖਾ, ਮੈਂ ਹੁਣੀ ਆਉਂਦਾ ਦੋ ਮਿੰਟ ਚ ਪਿੰਡ ਚ। ਤਾਂ ਹੁਣ ਭਾਵੁਕ ਕਿੱਥੇ ਤੱਕ ਪਹੁੰਚਿਆ ਜੀ, ਤੁਸੀਂ ਕੋਈ ਕੰਪਲੇਂਟ ਕੀਤੀ ਕੋਈ ਥਾਣੇ ਦੇ ਵਿੱਚ ਕੰਪਲੇਂਟ ਕੀਤੀ ਕਿ ਬੰਦਾ ਸਾਡੇ ਪਿੰਡ ਦੇ ਵਿੱਚ ਨਹੀਂ ਆਉਣਾ ਚਾਹੀਦਾ? ਗਲਤ ਅੰਸਰ ਹੈ ਨਹੀਂ, ਮੈਂ ਕੰਪਲੇਂਟ ਬਾਰੇ ਮੈਂ ਉਹਨਾਂ ਦੇ ਅਫਸਰ ਨਾਲ ਗੱਲ ਕੀਤੀ ਸੀ, ਰਾਤ ਵੀ ਕਰੀ ਸੀ ਸੀਨੀਅਰ ਨਾਲ। ਉਹ ਸਰਪੰਚ ਮੈਂ ਕਿਹਾ ਤਾ ਵੀ ਮੈਂ ਤੁਹਾਨੂੰ ਰਿਕਾਰਡਿੰਗ ਦੇ ਦੂੰਗਾ ਚਾਹੇ, ਮੈਂ ਕਿਹਾ ਤਾ ਵੀ ਮੈਂ ਇਹਦੇ ਬੰਦੇ ਨਾਲ ਕੰਪਲੇਂਟ ਕਰ ਦੇਣੀ, ਮੈਂ ਕਾਨੂੰਨੀ ਤੌਰ ਤੇ ਇਹਨੂੰ ਪਿੰਡ ਚ ਨਹੀਂ ਵੜਨ ਦੇਣਾ, ਇਹ ਗਲਤ ਬੰਦਾ, ਅਸੀਂ ਪਿੰਡ ਚ ਨਹੀਂ ਆਣ ਦੇਣਾ। ਉਹਨਾਂ ਨੇ ਕਿਹਾ ਵੀ ਸਰ ਤੁਸੀਂ ਮੇਰੇ ਕੋਲ ਮੈਸੇਜ ਦੇਖਿਆ, ਉਹਨਾਂ ਨੇ ਲਿਖ ਕੇ ਭੇਜਿਆ ਵੀ ਸਰ ਕੋਈ ਗੱਲ ਨੀ ਤੁਸੀਂ ਫਿਕਰ ਨਾ ਕਰੋ ਸਰਪੰਚ ਸਾਹਿਬ, ਤੇ ਅੱਜ ਤੋਂ ਬਾਅਦ ਤੁਹਾਡੇ ਪਿੰਡ ਚ ਨਹੀਂ ਦਿਖਣਗਾ ਬੰਦਾ, ਸਾਡਾ ਕੋਈ ਨਵਾਂ ਮੁੰਡਾ ਲਾ ਕੇ ਇਸ ਪਿੰਡ ਚ, ਅਸੀਂ ਹੋਰ ਮੁੰਡੇ ਤੇ ਕੰਮ ਕਰਾਂਗੇ। ਤਾਂ ਇੱਕ ਵਾਰ ਮੈਂ ਫਿਰ ਤੁਹਾਡੇ ਤੋਂ ਜਾਣਨਾ ਚਾਹੂੰਗਾ ਕਿ ਉਹ ਸੇਫ ਉਹ ਗਲਤ ਕੰਮ ਕੀ ਕੀਤਾ ਸੀਗਾ ਜੀ ਉਹਨੇ, ਵੀ ਸਿਰਫ ਜਿਹੜੇ ਗਲਤ ਨਹੀਂ ਮਤਲਬ ਬੇਹਵ ਸਹੀ ਨਹੀਂ, ਤਾਂ ਜਿੱਦਾਂ ਗਰੁੱਪ ਬਣਾਉਂਦੇ ਨਾ ਲੇਡੀਜ਼ ਨਾਲ ਜੀ, ਲੇਡੀਜ਼ ਦਾ ਗਰੁੱਪ ਹੁੰਦਾ ਜੀ, ਹਾਂਜੀ, ਉਹ ਲੇਡੀਜ਼ ਨਾਲ ਚੰਗੇ ਬੇਹਵ ਨਾਲ ਗੱਲ ਨਹੀਂ ਕਰਦਾ ਸੀ, ਤੂੰ ਧੜਕ ਨਾਲ ਮਤਲਬ ਗਰੀਬ ਪਰਿਵਾਰ ਤੋਂ ਹੁੰਦੀਆਂ ਜਿਹੜੇ 20-30 ਹਜ਼ਾਰ ਰੁਪਇਆ ਲੈਂਦੇ, 40 ਲੈ ਲੈਂਦੇ ਜੀ। ਠੀਕ ਹੈ ਜੀ, ਲੋਨ ਟੈਪ ਹੁੰਦਾ ਜੀ, ਕਿਸ਼ਤ ਹੁੰਦੀ ਹੈ ਮਹੀਨੇ ਦੀ, ਦੋ ਦੋ ਕਿਸ਼ਤਾਂ ਹੁੰਦੀਆਂ ਜੀ ਮਹੀਨੇ ਚ 15-15 ਦਿਨ ਦੀਆਂ, ਇਹ ਮਤਲਬ ਗਰੀਬ ਪਰਿਵਾਰ ਤੋਂ ਲੈ ਲੈਂਦੇ, ਕੋਈ 30 ਲੈਂਦਾ ਕੋਈ 40 ਹਜ਼ਾਰ ਰੁਪਇਆ ਲੈਂਦਾ, ਇਹ ਬੈਂਕ ਵਾਲੇ ਦੇ ਦਿੰਦੇ ਜੀ। ਮਤਲਬ ਗਰੁੱਪ ਬਣਾਉਂਦਾ, 5-5-6-6 ਵਾਰੀ ਉਹਨਾਂ ਨੂੰ ਬੁਲਾਉਣਾ, ਫਿਰ ਕਹਿ ਦੇਣਾ ਤੁਸੀਂ ਕੱਲ ਨੂੰ ਆਈ ਹੋ, ਤੁਸੀਂ ਕੱਲ ਹੋ, ਚਲੋ ਇਹ ਛੋਟੇ ਮਤਲਬ ਰੋਜ਼ਗਾਰ ਕਰਨ ਵਾਲੇ ਹੁੰਦੇ, ਕੰਮ ਕਾਰ ਵਾਲੇ, ਲੇਡੀਜ਼ ਕਹਿ ਵੀ ਦਿੰਦੇ ਵੀ ਜੇ ਤਾਂ ਵੀਰ ਜੀ ਤੁਸੀਂ ਕਰਨਾ ਤਾਂ ਕਰ ਲਓ, ਤਾਂ ਉਹ ਤੂੰ ਤੜਾਕ ਨਾਲ ਗੱਲ ਕਰਦਾ ਸੀ। ਤੁਸੀਂ ਇਸ ਸੰਬੰਧੀ ਵੀ ਸ਼ਿਕਾਇਤ ਕੀਤੀ ਸੀ ਕਿਸੇ ਨੂੰ ਜਾਂ ਜਦੋਂ ਤੁਹਾਡੇ ਲੋਨ ਨਹੀਂ ਪਾਸ ਹੋਏ ਤੁਸੀਂ ਉਸ ਤੋਂ ਬਾਅਦ ਹੀ ਇਹ ਗੱਲਾਂ ਹੋਈਆਂ ਸਾਰੀਆਂ? ਨਹੀਂ, ਮੈਂ ਲੋਨ ਜਿਸ ਟਾਈਮ ਇਹ ਨਾ 10 ਗਰੁੱਪ ਸੀ, ਇੱਕ ਨਹੀਂ ਸੀ, 10 ਲੇਡੀ ਸੀ, ਇੱਕ ਇਕੱਲੇ ਦਾ ਨਹੀਂ ਸੀ ਜੀ, ਇਹ 10 ਜਣੀਆਂ ਸੀ,
ਮਾਹੌਲ ਖਰਾਬ ਹੋ ਗਿਆ ਬਹੁਤੇ ਮੈਂ ਉਹਨਾਂ ਨੂੰ ਕਿਹਾ ਵੀ ਦੇਖੋ ਅਸੀਂ ਨੀ ਇਸ ਬੰਦੇ ਨੂੰ ਸਹਿਣ ਕਰ ਸਕਦੇ ਪਿੰਡ ਚ ਤੁਸੀਂ ਪ੍ਰੋਪਰ ਕੰਮ ਕਰੋ ਪਿੰਡ ਚ ਅਸੀਂ ਕਿਸੇ ਨੂੰ ਕੁਛ ਨੀ ਕਹਿੰਦੇ ਅਸੀਂ ਤਾਂ ਪਹਿਲਾਂ ਵੀ ਸਰਪੰਚ ਸੀ ਮੈਂ ਪੰਜ ਸਾਹਿਬ ਆਇਆ ਜੀ ਹੁਣ ਮੇਰੀ ਮਿਸਿਜ ਆਈ ਅਸੀਂ ਤਾਂ ਪਹਿਲਾਂ ਨੀ ਕਿਸੇ ਨੂੰ ਕੋਈ ਮਾੜਾ ਚੰਗਾ ਕਿਹਾ ਵੀ ਇਹ ਗੱਲ ਆ ਵੀ ਚਲੋ ਉਹ ਬੰਦਾ ਸਹੀ ਨੀ ਹੈਗਾ ਤੁਸੀਂ ਹੋਰ ਵਰਕਰ ਲਾ ਦੋ ਆਪਣਾ ਜਿੱਦਾਂ ਮਰਜ਼ੀ ਪਿੰਡ ਚ ਕੰਮ ਕਰੀਏ ਸਾਨੂੰ ਕੋਈ ਕਰਾ ਦੇ ਗੱਲਬਾਤ ਕਰਨ ਲਈ ਧੰਨਵਾਦ ਜੀ ਹੁਣ ਤੁਸੀਂ ਮਹਿਲਾ ਸਰਪੰਚ ਦੀ ਵਾਇਰਲ ਆਡੀਓ ਵੀ ਸੁਣੀ ਅਤੇ ਉਸਦੇ ਪਤੀ ਦੀ ਸਫਾਈ ਵੀ ਦੋਵਾਂ ਨੂੰ ਸੁਣ ਕੇ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ ਹੈ ਕਿ ਮਾਮਲਾ ਕੀ ਹੈ ਹੁਣ ਇੱਥੇ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਕੈਪਟਨ ਸਾਹਿਬ ਆਪਣੇ ਮੰਤਰੀ ਅਤੇ ਵਿਧਾਇਕਾਂ ਨੂੰ ਲਗਾਮ ਕਿਉਂ ਨਹੀਂ ਪਾਉਂਦੇ ਕਿਉਂਕਿ ਜਾਪਦਾ ਹੈ ਕਿ ਉਹਨਾਂ ਦਾ ਅਸਰ ਹੁਣ ਸਰਪੰਚਾਂ ਤੱਕ ਵੀ ਪਹੁੰਚਣਾ ਸ਼ੁਰੂ ਹੋ ਗਿਆ ਉਹ ਵੀ ਹੁਣ ਲੋਕਾਂ ਨੂੰ ਸ਼ਰੇਆਮ ਧਮਕੀਆਂ ਦੇਣ ਲੱਗ ਪਏ ਨੇ ਅਤੇ ਜੇਕਰ ਇਹ ਸਿਲਸਿਲਾ ਇੱਥੇ ਨਾ ਰੁਕਿਆ ਅਤੇ ਸਭ ਕੁਝ ਇੱਦਾਂ ਹੀ ਚੱਲਦਾ ਰਿਹਾ ਤਾਂ ਆਉਣ ਵਾਲੀਆਂ 2022 ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਨੂੰ ਮੂੰਹ ਦੀ ਖਾਣੀ ਪੈ ਸਕਦੀ ਹੈ ਬਿਊਰੋ ਰਿਪੋਰਟ D5 ਚੈਨਲ ਪੰਜਾਬੀ D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ 'ਤੇ ਕਲਿੱਕ ਕਰੋ